ਜਾਂ ਸ਼ਾਹਕੋਟ ਦੇ ਵਿੱਚ ਸੀਗਾ ਲੇਕਿਨ ਇਹ ਵਾਰਦਾਤ ਜਿਹੜੀ ਹੈ ਨਕੋਦਰ ਦੇ ਵਿੱਚ ਹੋਈ ਸੀ ਔਰ ਮੈਂ ਦਿਨ ਰਾਤ ਇਹਦੇ ਤੇ ਪਹਿਰਾ ਦਿੱਤਾ ਸੀ ਔਰ ਇਹਨਾਂ ਦੇ ਇਸ ਕਤਲ ਦੇ ਵਿੱਚ 26 ਜਿਹੜੇ ਮੁਲਜ਼ਮ ਆ ਉਹ ਹੁਣ ਤੱਕ ਗ੍ਰਿਫਤਾਰ ਵੀ ਹੋਏ ਆ ਔਰ ਨਾਲ ਦੀ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਈ ਆ ਥੋੜ੍ਹੀ ਬਹੁਤੀ ਘੁੰਡੀ ਜਿਹੜੀ ਰਹਿੰਦੀ ਹੈ ਸਰਕਾਰ ਨੇ ਇਹ ਛੱਡਿਆ ਨਹੀਂ ਹੈ ਉਹ ਸਾਡੇ ਪੰਜਾਬ ਦਾ ਸਿਤਾਰਾ ਸਾਡਾ ਜਿਹਨੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਜਿਹੜਾ ਕਬੱਡੀ ਵਾਸਤੇ ਇੰਨੀ ਉਹਨਾਂ ਦੀ ਪ੍ਰਮੋਸ਼ਨ ਵੀ ਸੀ ਡੈਡੀਕੇਸ਼ਨ ਵੀ ਸੀ ਅਤੇ ਇਹ ਲੰਬੀ ਚਲੀ ਜਾਂਦੀ ਇਨਵੈਸਟੀਗੇਸ਼ਨ ਬਿਲਕੁਲ ਨਹੀਂ ਛੱਡਿਆ ਹੋਇਆ ਪੰਜਾਬ ਸਰਕਾਰ ਨੇ ਇਹ ਮੁੱਦਾ ਇਹਦੇ 'ਤੇ ਸੰਜੀਦਗੀ ਆ ਪੂਰੀ ਔਰ ਸਾਡੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਪੂਰੀ ਹਮਦਰਦੀ ਵੀ ਆ ਜਦੋਂ ਐਂਟਰੀ ਕੀਤੀ ਐਂਟਰੀ ਤਾਂ ਤੁਸੀਂ ਵੀ ਸੰਦੀਪ ਨੰਗਲੰਬੀਆ ਜਿਹੜਾ ਸ਼ਹੀਦ ਹੋਇਆ ਕਬੱਡੀ ਦਾ ਇੱਕ ਖਿਡਾਰੀ ਤੁਸੀਂ ਵੀ ਸ਼ਰਧਾਂਜਲੀ ਦਿੱਤੀ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਪਰ ਉਹਦਾ ਪਰਿਵਾਰ ਹੈ ਜਿਹੜਾ ਹੱਲੇ ਵੀ ਇਨਸਾਫ਼ ਦੀ ਉਡੀਕ ਦੇ ਵਿੱਚ ਆ ਉਹਦੇ ਸਾਥੀ ਹੈ ਜਿਹੜਾ ਇਨਸਾਫ਼ ਦੀ ਉਡੀਕ ਦੇ ਵਿੱਚ ਹੈ ਹੁਣ ਤੁਹਾਡੇ ਕੋਲ ਕਹਿ ਸਕਦੇ ਹਾਂ ਸਰਕਾਰ ਨੇ ਜਿਹੜਾ ਪ੍ਰਬੰਧ ਵੀ ਦਿੱਤੇ ਹੋਏ ਸ਼ਾਹਕੋਟ ਹਲਕੇ ਦੇ ਸ਼ਾਹਕੋਟ ਹਲਕੇ ਦੇ ਨਾਲ ਇਹ ਸੰਬੰਧਿਤ ਬਿਲਕੁਲ ਇਹ ਸਿਰਫ ਉਹ ਪਿੰਡ ਉਹਨਾਂ ਦਾ ਨੰਗਲੰਬੀਆਂ ਸ਼ਾਹਕੋਟ ਦੇ ਵਿੱਚ ਸੀਗਾ ਲੇਕਿਨ ਇਹ ਵਾਰਦਾਤ ਜਿਹੜੀ ਹੈ ਨਕੋਦਰ ਦੇ ਵਿੱਚ ਹੋਈ ਸੀ ਔਰ ਮੈਂ ਦਿਨ ਰਾਤ ਇਹਦੇ 'ਤੇ ਪਹਿਰਾ ਦਿੱਤਾ ਸੀ ਔਰ ਇਹਨਾਂ ਦੇ ਇਸ ਕਤਲ ਦੇ ਵਿੱਚ 26 ਜਿਹੜੇ ਮੁਲਜ਼ਮ ਆ ਉਹ ਹੁਣ ਤੱਕ ਗ੍ਰਿਫਤਾਰ ਵੀ ਹੋਏ ਆ ਔਰ ਨਾਲ ਦੀ ਨਾਲ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਈ ਆ ਔਰ ਮੇਰੇ ਖਿਆਲ ਨਾਲ ਕਾਫੀ ਹੱਦ ਤੱਕ ਇਹ ਕੇਸ ਜਿਹੜਾ ਉਹ ਸੁਲਝ ਚੁੱਕਿਆ ਕੋਈ ਥੋੜ੍ਹੀ ਬਹੁਤੀ ਘੁੰਡੀ ਜਿਹੜੀ ਰਹਿੰਦੀ ਹੈ ਸਰਕਾਰ ਨੇ ਇਹ ਛੱਡਿਆ ਨਹੀਂ ਹੈ ਉਹ ਸਾਡੇ ਪੰਜਾਬ ਦਾ ਸਿਤਾਰਾ ਸਾਡਾ ਜਿਹਨੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਜਿਹੜਾ ਕਬੱਡੀ ਵਾਸਤੇ ਇੰਨੀ ਉਹਨਾਂ ਦੀ ਪ੍ਰਮੋਸ਼ਨ ਵੀ ਸੀ ਡੈਡੀਕੇਸ਼ਨ ਵੀ ਸੀ ਔਰ ਸਰਕਾਰ ਬਿਲਕੁਲ ਅਵੇਸਲੀ ਨਹੀਂ ਹੈ ਕਈ ਵਾਰੀ ਕਾਨੂੰਨੀ ਪੇਚੀਦਗੀਆਂ ਔਰ ਜਿਹੜੇ ਗੁਨਾਹਗਾਰ ਨੇ ਜਦੋਂ ਆਊਟ ਆਫ ਕੰਟਰੀ ਚਲੇ ਜਾਂਦੇ ਨੇ ਉੱਥੇ ਕਈ ਵਾਰੀ ਸਾਨੂੰ ਸਾਡੇ ਜਿਹੜਾ ਆ ਕਈ ਵਾਰੀ ਸਟੋਪ ਵੀ ਲੱਗ ਜਾਂਦਾ ਔਰ ਕਈ ਵਾਰੀ ਇਹ ਲੰਬੀ ਚਲੀ ਜਾਂਦੀ ਇਨਵੈਸਟੀਗੇਸ਼ਨ ਬਿਲਕੁਲ ਨਹੀਂ ਛੱਡਿਆ ਹੋਇਆ ਪੰਜਾਬ ਸਰਕਾਰ ਨੇ ਇਹ ਮੁੱਦਾ ਇਹਦੇ 'ਤੇ ਸੰਜੀਦਗੀ ਆ ਪੂਰੀ ਔਰ ਸਾਡੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਪੂਰੀ ਹਮਦਰਦੀ ਵੀ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦਾ ਪਰਿਵਾਰ ਇੱਥੇ ਆਉਂਦਾ ਉਹਨਾਂ ਨੂੰ ਜਿਹੜੀ ਆ ਪੁਲਿਸ ਸੁਰੱਖਿਆ ਮੁਹੱਈਆ ਵੀ ਕਰਵਾਈ ਜਾਂਦੀ ਆ ਪਰ ਇਮੋਸ਼ਨਸ ਜਿਹੜੇ ਆ ਪਰਿਵਾਰ ਦੇ ਉਹ ਬਹੁਤ ਉਹਨਾਂ ਦੀ ਦਰਦ ਬਹੁਤ ਵੱਡਾ ਆ ਜਿਹਦੇ ਕਰਕੇ ਸਾਡੇ ਕੀਤੇ ਹੋਏ ਕੰਮ ਵੀ ਛੋਟੇ ਨਜ਼ਰ ਆਉਂਦੇ ਆ ਨੈਚੁਰਲੀ ਛੋਟੇ ਨਜ਼ਰ ਆਉਣਗੇ ਕਿਉਂਕਿ ਇੱਕ ਇਨਸਾਨ ਘਰ ਦੇ ਵਿੱਚੋਂ ਘਰ ਦਾ ਮੋਹਰੀ ਚਲਿਆ ਗਿਆ ਇਸ ਕਰਕੇ ਉਹ ਆਪਣੇ ਥਾਂ ਠੀਕ ਨੇ ਪਰ ਅਸੀਂ ਵੀ ਬਿਲਕੁਲ ਚੁੱਪ ਕੀਤੇ ਨਹੀਂ ਬੈਠੇ ਹੋਏ ਕੰਮ ਜਿਹੜਾ ਬਕਾਇਦਾ ਇਨਵੈਸਟੀਗੇਸ਼ਨ ਚੱਲਦੀ ਹੈ ਆਖਰੀ ਸਵਾਲ ਹੈ ਕਬੱਡੀ ਦੇ ਖਿਡਾਰੀਆਂ ਨੂੰ ਕਿਉਂਕਿ ਜਿਹੜੇ ਵੱਡੇ ਖਿਡਾਰੀ ਆ ਡਰ ਮਾਹੌਲ ਇਹੋ ਜਿਹਾ ਬਣ ਗਿਆ ਆ ਗੈਂਗਸਟਰਾਂ ਦਾ ਇਹੋ ਜਿਹਾ ਐਂਟਰੀ ਇਸ ਖੇਡ ਵਿੱਚ ਹੋ ਗਈ ਆ ਕਿ ਉਹ ਬਾਹਰੋਂ ਆ ਕੇ ਇਸ ਸੀਜ਼ਨ ਦੇ ਵਿੱਚ ਵੀ ਨਹੀਂ ਸ਼ਮੂਲੀਅਤ ਕਰ ਹੈਗੇ ਜਾਂ ਖੇਡ ਨਹੀਂ ਰਹੇ ਹੈਗੇ ਉਹਨਾਂ ਦੇ ਲਈ ਕੀ ਸਰਕਾਰ ਵੱਲੋਂ ਕੀ ਭਰੋਸਾ ਦੇਣਾ ਚਾਹੂੰਗੇ ਬਿਲਕੁਲ ਤੁਸੀਂ ਮੀਡੀਆ ਹੋ ਤੁਹਾਡੀ ਗੱਲ ਜਿਹੜੀ ਹੈ ਨਾ ਉਹ ਦੁਨੀਆ ਤੱਕ ਜਾਣੀ ਆ ਤੁਸੀਂ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਆ ਕਿਉਂਕਿ ਵੱਡੇ ਗੈਂਗਸਟਰ ਔਰ ਗੈਂਗਸਟਰਸ ਜਿੰਨੇ ਨੇ ਉਹ ਤਕਰੀਬਨ 250 ਦੇ ਕਰੀਬ ਗੈਂਗਸਟਰ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤੇ ਜਾ ਚੁੱਕੇ ਪੰਜਾਬ ਦਾ ਮਾਹੌਲ ਬਿਲਕੁਲ ਇਸ ਵੇਲੇ ਸਾਫ਼ ਆ ਸਾਜ਼ਗਾਰ ਆ ਔਰ ਇਹਦੇ ਵਿੱਚ ਕਿਤੇ ਡਰਨ ਵਾਲੀ ਕੋਈ ਗੱਲ ਨਹੀਂ ਹੈ ਕੋਈ ਐਸੀ ਗੱਲ ਨਹੀਂ ਕਿਉਂਕਿ ਮੈਨੂੰ ਇਹ ਲੱਗਦਾ ਕਿ ਬਾਕੀ ਸਟੇਟਾਂ ਦੇ ਮੁਕਾਬਲੇ ਹੁਣ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਬਹੁਤ ਬਿਹਤਰ ਆ ਹੋਰਨਾਂ ਸਟੇਟਾਂ ਦੇ ਵਿੱਚ ਬੜੇ ਵੱਡੇ ਵੱਡੇ ਕ੍ਰਾਈਮ ਹੁੰਦੇ ਆ ਲੇਕਿਨ ਪੰਜਾਬ ਦੀ ਸਥਿਤੀ ਸੰਭਾਲ ਲਈ ਗਈ ਆ ਕੋਸ਼ਿਸ਼ ਕੀਤੀ ਗਈ ਸੀ ਵਿਰੋਧੀ ਪਾਰਟੀਆਂ ਵੱਲੋਂ ਸਟਾਰਟਿੰਗ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਅਸਤ ਵਿਅਸਤ ਕਰਨ ਦੀ ਔਰ ਉਹਨਾਂ ਨੇ ਜਿਹੜਾ ਇਹ ਡਰ ਦਾ ਮਾਹੌਲ ਪੈਦਾ ਕੀਤਾ ਸੀ ਉਹਦੇ ਬਾਵਜੂਦ ਜੇ ਅਗਰ ਡਰ ਦਾ ਮਾਹੌਲ ਹੋਵੇ ਤੇ 22-23 ਤਰੀਕ ਨੂੰ ਇਨਵੈਸਟ ਪੰਜਾਬ ਜਿਹੜਾ ਉਹ ਹੋਣ ਜਾ ਰਿਹਾ ਦੇਸ਼ ਦੁਨੀਆ ਤੋਂ ਆਊਟ ਆਫ ਸਟੇਟ ਵੀ ਔਰ ਆਊਟ ਆਫ ਕੰਟਰੀ ਵੀ ਜਿਹੜੇ ਇਨਵੈਸਟਰ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਆ ਰਹੇ ਆ ਬਹੁਤ ਵੱਡਾ ਫੰਕਸ਼ਨ ਹੋ ਰਿਹਾ ਔਰ ਬਹੁਤ ਸਾਰੇ 38,000 ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ ਨੂੰ ਕਮਿਟਮੈਂਟ ਹੋ ਚੁੱਕੀ ਆ ਔਰ ਉਸ ਦਿਨ ਦੇ ਫੰਕਸ਼ਨ ਦੇ ਵਿੱਚ ਬਹੁਤ ਸਾਰੀ ਸਾਨੂੰ ਹੋਰ 1,000 ਕਰੋੜਾਂ ਦੀ ਜਿਹੜੀ ਇਨਵੈਸਟਮੈਂਟ ਹੋਣੀ ਆ ਐਸਾ ਦੀ ਕੋਈ ਗੱਲ ਨਹੀਂ ਤੁਸੀਂ ਜ਼ਰੂਰ ਮੇਰੀ ਮੀਡੀਆ ਨੂੰ ਅਪੀਲ ਹੈ ਕਿ ਤੁਸੀਂ ਧੁਰਾਓ ਇਸ ਸਮਾਜ ਦਾ ਤੁਹਾਡੇ ਵੱਲੋਂ ਨਿੱਕੀ ਜਿਹੀ ਖਬਰ ਵੀ ਜਿਹੜੀ ਜਾਣੀ ਆ ਉਹ 'ਤੇ ਲੋਕਾਂ ਦਾ ਅਸਰ ਹੁੰਦਾ ਤੁਸੀਂ ਪੰਜਾਬ ਦੀ ਲਾਅ ਐਂਡ ਆਰਡਰ ਅਤੇ ਪੰਜਾਬ ਦੀ ਸ਼ਾਂਤੀ ਬਹਾਲੀ ਦੀ ਗੱਲ ਜਿਹੜੀ ਤੁਸੀਂ ਕਰਨੀ ਆ ਉਹ ਲੋਕਾਂ ਦੇ ਉੱਤੇ ਛਾਪ ਛੱਡਦੀ ਆ ਔਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਹਮੇਸ਼ਾ ਖੁਸ਼ਹਾਲੀ ਦੀ ਗੱਲ ਕਰਿਆ ਕਰੋ ਸ਼ਾਂਤੀ ਦੀ ਗੱਲ ਕਰਿਆ ਕਰੋ ਪੰਜਾਬ ਦੀ ਤਰੱਕੀ ਦੀ ਗੱਲ ਕਰਿਆ ਕਰੋ ਤੁਹਾਡੇ ਨਾਲ ਮਿਲ ਕੇ ਸਭ ਨਾਲ ਮਿਲ ਕੇ ਆਪਾਂ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣਾ ਧੰਨਵਾਦ ਜੀ ਸਾਨੂੰ ਸਮਾਂ ਦੇਣ ਲਈ ਇਹ ਸਨ ਸਾਡੇ ਨਾਲ ਮੈਡਮ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਵਿਸਤਾਰ ਪੂਰਵਕ ਜਿਹੜੀ ਸਾਰੀ ਗੱਲਬਾਤ ਕੀਤੀ ਹੈ ਸਾਡੇ ਨਾਲ ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਚਾਹੇ ਉਹ ਸੰਦੀਪ ਨੰਗਲ ਲੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਹੋਵੇ ਸਾਰਿਆਂ 'ਤੇ ਵਿਸਤਾਰ ਪੂਰਵਕ ਉਹਨਾਂ ਨੇ ਜਿਹੜੇ ਵਿਭਾਗ ਹੋ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਕੈਮਰਾਮੈਨ ਕਰਮਵੀਰ ਦੇ ਨਾਲ ਮਨੀਸ਼ ਬਾਵਾ ਜਗਵੰਡ